ਸਤਿ ਸ਼੍ਰੀ ਅਕਾਲ ਜੀ ਸਾਰੇ ਵੱਖਰਾ ਗਰੁੱਪ ਵਾਸੀਆਂ ਨੂੰ ਤੇ ਤੁਹਾਡਾ ਸਵਾਗਤ ਹੈ ਅੱਜ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਇੱਕ ਸਪੈਸ਼ਲ ਚੀਜ਼ ਦਿਖਾਉਣੀ ਹੈ ਤੇ ਉਹ ਆਪਾਂ ਦੇਖਣ ਚੱਲਾਂਗੇ ਥੋੜੇ ਟਾਈਮ ਨੂੰ ਤੇ ਆਪਾਂ ਹੁਣ ਉੱਥੇ ਮਿਲਾਂਗੇ। ਹਾਂਜੀ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਵੀ ਤੁਹਾਨੂੰ ਕੋਈ ਸਪੈਸ਼ਲ ਚੀਜ਼ ਦਿਖਾਉਣੀ ਸੀ ਤੇ ਮੈਂ ਉਹਦੇ ਵਾਸਤੇ ਤੁਹਾਨੂੰ ਲੈ ਕੇ ਆਇਆ। ਰੇਤੇ ਕਰਕੇ ਇਹ ਜਿਹੜਾ ਲੱਕੜ ਦਾ ਪਹੀਆ ਸੀ ਇਹ ਰੇਤੇ ਨੂੰ ਕੱਢਦਾ ਸੀ, ਇਸ ਕਰਕੇ ਪਹੀਏ ਲੱਕੜ ਦੇ ਲੱਗਦੇ ਸੀ। ਤੇ ਤੁਸੀਂ ਕੋਈ ਅੱਗੇ ਵੀ ਬਣਾਓਗੇ ਕੋਈ ਹੋਰ ਪ੍ਰੋਜੈਕਟ, ਮਤਲਬ ਕੋਈ ਹੋਰ ਚੀਜ਼ ਬਣਾਈ ਜਾਂਦੇ ਹਾਂ ਜੀ ਅਸੀਂ? ਹਾਂਜੀ ਹਾਂ, ਸਾਈਆਂ ਬੁੱਕਾਂ ਦੋ। ਠੀਕ ਹੈ ਜੀ। ਹਾਂਜੀ ਤੇ ਅੱਗੇ ਰਥ ਕੋਈ ਹੋਰ ਬਣਾਓਗੇ? ਹਾਂ ਬਣਾਈ ਜਾਂਦੇ ਹਾਂ, ਹੁਣ ਛੋਟੇ ਤਿਆਰ ਕਰ ਰਹੇ ਹਾਂ, ਚਾਰ ਚਾਰ ਫੁੱਟ ਦੇ। ਅੱਛਾ ਜੀ। ਹਾਂ ਠੀਕ, ਛੋਟੇ ਰੱਖਣ ਵਾਸਤੇ ਨਾ। ਹਾਂਜੀ ਛੋਟੇ ਚਾਰ ਫੁੱਟ ਦੇ ਤਿਆਰ ਕਰਨੇ ਆ। ਠੀਕ ਹੈ ਜੀ। ਦੋ ਗੱਡੇ ਦੋ ਰਥ ਛੋਟੇ ਬੰਦੀਆਂ। ਹਾਂਜੀ ਉਹਨਾਂ ਦਾ ਸਾਈਆਂ ਬੁੱਕਾ। ਹਾਂਜੀ ਬਾਪੂ ਜੀ, ਹੁਣ ਤੁਸੀਂ ਸਾਨੂੰ ਇਹ ਚੀਜ਼ਾਂ ਬਾਰੇ ਦੱਸੋ ਵੀ ਇਹ 'ਚ ਕੀ ਚੀਜ਼ਾਂ ਇਸਤੇਮਾਲ ਕੀਤੀਆਂ ਗਈਆਂ, ਇੱਕ ਇੱਕ ਕਰਕੇ ਦੱਸ ਦਿਓ। ਇਹ ਸਾਰਾ ਜੀ ਇੱਥੇ ਸੁਗਨੀ ਸਟਾਰਟ ਹੁੰਦਾ ਜੀ, ਆਹ ਸੁਗਨੀ ਹੈ। ਹਾਂਜੀ ਇਹ ਇਹਨੂੰ ਸੁਗਨੀ ਬੋਲਦੇ ਆ, ਇਸ ਨੂੰ ਠੋਟ ਬੋਲਦੇ ਆ। ਆਹ ਜੂਲਾ ਹੈ, ਇਹ ਕੀ ਕੰਮ ਆਉਂਦਾ ਜੀ? ਇਹ ਬਲਦਾਂ ਦੇ ਉੱਤੇ ਬਲਦੇ ਹੇਠਾਂ ਵੜਦੇ ਆ। ਹਾਂਜੀ ਬਲਦਾਂ ਦੇ ਕੰਨਿਆਂ ਦੇ ਉੱਤੇ ਆਉਂਦਾ ਇਹ। ਠੀਕ ਹੈ ਜੀ। ਹਾਂ ਤੇ ਰਥ ਤੇ ਗੱਡੇ ਵਿੱਚ ਕੋਈ ਫਰਕ ਹੈ ਜੀ? ਹਾਂ ਥੋੜ੍ਹਾ ਜਿਹਾ ਫਰਕ ਹੈ। ਹਾਂਜੀ ਜਿਹੜਾ ਗੱਡਾ ਹੁੰਦਾ ਹੈ, ਗੱਡੇ ਦੇ ਵਿੱਢ ਲੱਗਿਆ ਹੁੰਦਾ ਹੈ ਦਾਣੇ ਪਾਉਣ ਵਾਸਤੇ, ਤੂੜੀ ਪਾਉਣ ਵਾਸਤੇ, ਹਰਾ ਪਾਉਣ ਵਾਸਤੇ, ਲਾਂਗਾ ਢੋਣ ਵਾਸਤੇ। ਜਿਹੜਾ ਰੇੜਾ ਹੁੰਦਾ ਹੈ ਇਹਦੇ 'ਤੇ ਡੋਲੀ ਕੱਸੀ ਜਾਂਦੀ ਹੈ। ਠੀਕ ਹੈ ਜੀ। ਬਲਦਾਂ ਦੀ ਵਾਹ ਉੱਡੀ ਹੁੰਦੀ ਹੈ, ਉੱਡੀ ਰਥ ਦੀ ਵਾਹ ਹੁੰਦੀ ਹੈ, ਉਹੀ ਸਾਈਜ਼ ਹੁੰਦਾ ਹੈਗਾ, ਉਹੀ ਆਈਟਮਾਂ ਹੁੰਦੀਆਂ। ਜਿਹੜੇ ਰਥ ਹੁੰਦਾ, ਰਥ ਦੇ ਚਾਰ ਪਹੀਏ ਹੁੰਦੇ ਆ, ਗੱਡੇ ਦੇ ਦੋ ਪਹੀਏ ਹੁੰਦੇ ਆ। ਠੀਕ ਹੈ। ਅੱਜ ਦੱਸੋ ਵੀ ਹੋਰ ਚੀਜ਼ਾਂ ਜਿਹੜੀਆਂ ਲਾਂਗਾ ਤੁਸੀਂ ਇਹਦੇ 'ਚ, ਵੀ ਇਹਦਾ ਕੀ ਕੰਮ ਆ ਜੀ? ਇਹ ਡੰਗਿਆਂ ਜੀ, ਇਹ
ਇਹ ਡਹੀਆਂ ਜਦੋਂ ਖਿਲਾਰ ਨਾ ਹੋਵੇ ਕਿਤੇ ਖੇਤ ਜਾਂ ਬਾਹਰ ਦੇ ਵਿੱਚ ਕਿਤੇ ਰਾਹ 'ਤੇ ਪਾਣੀ ਪੂਣੀ ਪਾਉਂਦੇ ਬਲਦਾਂ ਨੂੰ, ਹਾਂਜੀ, ਜੋ ਵਿਆਹ ਜਾਂਦੇ ਜਾਂਦੇ ਸੀ ਅਤੇ ਇਹਨੂੰ ਡਹੀਆਂ ਦੇ ਰੇਹੜੇ ਡਹੀਆਂ 'ਤੇ ਕਰਦੇ ਸੀ, ਗੱਡੇ ਨੂੰ ਵੀ ਡਹੀਆਂ 'ਤੇ ਕਰਦੇ ਸੀ, ਗੱਡੇ 'ਤੇ ਵੀ ਡਹੀਆਂ ਹੁੰਦੀਆਂ ਸੀ, ਰੇਹੜੇ 'ਤੇ ਵੀ ਡਹੀਆਂ ਹੁੰਦੀਆਂ ਸੀ। ਇਸ ਨੂੰ ਰਾਹ ਦੇ ਵਿੱਚ ਜਿੱਥੇ ਕਿਤੇ ਪਾਣੀ ਪੂਣੀ ਪਿਆਉਣਾ, ਅੱਗੇ ਢਾਬਾ ਹੁੰਦੀਆਂ ਸੀ, ਢਾਬਾ 'ਤੇ ਪਾਣੀ ਪਿਆਉਂਦੇ ਸੀ, ਇਸ ਨੂੰ ਡਹੀਆਂ 'ਤੇ ਕਰਦੇ ਸੀ ਅਤੇ ਬਾਅਦ ਪਾਸੇ ਹੋ ਕੇ ਆਰਾਮ ਕਰਦੇ ਸੀ। ਹਾਂਜੀ, ਅਤੇ ਜੋ ਤੁਸੀਂ ਟੱਲੀ ਲਾਈ ਹੈ ਇਹ ਕੰਡ ਸੀ, ਪਤਾ ਲੱਗ ਜਾਂਦਾ ਸੀਗਾ, ਹਾਂਜੀ, ਇਹਨੂੰ ਖੜਕਾਉਂਦੇ ਸੀ, ਹਾਂਜੀ, ਵੀ ਪਤਾ ਲੱਗ ਜਾਂਦਾ ਸੀ ਰਾਤ ਆ ਗਿਆ ਵਿਆਹ ਕੇ ਲੈ ਆਏ। ਠੀਕ ਹੈ ਜੀ। ਵਿਆਹ ਤੋਂ ਬਾਅਦ ਜਦੋਂ ਮੁੜ ਕੇ ਆਉਂਦੇ ਸੀ ਉਦੋਂ ਇਹਨੂੰ ਖੜਕਾਉਂਦੇ ਸੀ, ਵੀ ਉਦੋਂ ਕਹਿ ਦਿੰਦੇ ਸੀ ਘਰ ਦੀਆਂ ਬੁੜੀਆਂ ਵੀ ਰਾਤ ਆ ਗਿਆ। ਠੀਕ ਹੈ। ਇਸ ਕਰਕੇ ਨਿਸ਼ਾਨੀ ਸੀ ਰਸ ਡੋਲੀ ਇਹਦਾ ਨਾਂ। ਹਾਂਜੀ। ਇਹ 40 ਕਿਲੋ ਪਿੱਤਲ ਲਾਤਾ ਜੀ ਇੱਥੇ ਮੈਂ। ਠੀਕ ਹੈ ਜੀ। ਪਿੱਤਲ ਦੀਆਂ ਟੱਲੀਆਂ ਲਾਤੀਆਂ 140। ਆਹ ਜੋ ਟੱਲੀਆਂ ਇਹ 140 ਲੱਗੀਆਂ ਜੀ। ਹਾਂ 140। ਠੀਕ ਹੈ ਜੀ। ਹਾਂਜੀ। ਅਤੇ ਜੋ ਆਹ ਤੁਸੀਂ ਕੀਤੀ ਹੈ ਇਹ ਕਲਾ? ਹਾਂ ਮੀਨਾਕਾਰੀ ਹੈ। ਤੁਸੀਂ ਆਪ ਕੀਤੀ? ਹਾਂਜੀ, ਹੱਥੀਂ ਤਿਆਰ ਕੀਤੀ ਹੈ। ਆਹ ਬੇਲ ਜਿਹੜੀ ਇਹ ਅਸੀਂ ਆਪਣਾ ਗੋਲਡ ਕੋਲੋਂ, ਇੱਕ ਬਿੰਦਰ ਮੁੰਡਾ ਹੈ ਸਾਡਾ ਜਾਣ ਪਛਾਣ ਵਾਲਾ ਸੀਗਾ। ਹਾਂਜੀ। ਅਤੇ ਉਹਨੇ ਸਾਨੂੰ ਫੜੀ ਬਣਾ ਕੇ ਦਿੱਤੀ ਹੈ, ਕੋਈ ਪੈਸਾ ਨਹੀਂ ਸਾਥੋਂ ਲਿਆ ਉਹਨੇ। ਹਾਂਜੀ, ਉਹਨੇ ਬਹੁਤ ਵਧੀਆ ਕਲਾਕਾਰੀ ਕੀਤੀ ਹੈ ਵੈਸੇ। ਹਾਂ ਹਾਂ ਅਤੇ ਹੋਰ ਕੀ ਹੋਰ ਮੇਰੇ ਹੱਥੀਂ ਕੀਤਾ ਕੰਮ ਸਾਰਾ ਜੀ। ਠੀਕ ਹੈ ਜੀ। 240 ਫੁੱਲੀਆਂ। ਅੱਛਾ ਜੀ। ਪਿੱਤਲ ਦੀਆਂ 140 ਟੱਲੀਆਂ। ਹਾਂਜੀ। ਇਹਦਾ ਕੀ ਕੰਮ ਹੈ ਜਿਹੜਾ ਤੁਸੀਂ ਆ ਪਿੱਛੇ ਲਾਇਆ? ਸਜਾਵਟ ਵਾਸਤੇ ਹੈ ਜੀ ਇਹ। ਅੱਛਾ ਜੀ। ਸਜਾਵਟ ਵਾਸਤੇ ਹੈ ਇਹ ਸਾਰਾ, ਮਤਲਬ ਆਹ ਸਾਰਾ ਵੀ ਤੁਸੀਂ ਆਪ ਬਣਾਇਆ? ਹਾਂ, ਹੱਥੀਂ ਕੰਮ ਕਰਿਆ ਸਾਰਾ ਮੇਰਾ। ਠੀਕ ਹੈ ਜੀ। ਅਤੇ ਜਿਹੜੇ ਟਾਇਰ ਇਹ ਮਤਲਬ ਕੀ ਵਜ਼ਨ ਹੋਊ ਇਹਦਾ ਸਾਰੇ ਰੱਥ ਦਾ ਜੀ? ਹੈਂ, ਕੀ ਵਜ਼ਨ ਹੋਊ ਇਹਦਾ? 3/4 ਵਜ਼ਨ ਹੈ ਜੀ, 80 ਕਿਲੋ ਲੋਹਾ ਵੀ ਲੱਗਿਆ ਹੈਗਾ। ਹਾਂਜੀ। ਹਾਂ, 42 ਕਿਲੋ ਪਿੱਤਲ ਲੱਗ ਗਿਆ। ਅਤੇ ਮਤਲਬ ਤੁਸੀਂ ਕਿੱਦਣ ਭੇਜੋਗੇ ਵੀ ਜਿਹਨਾਂ ਨੇ ਤੁਹਾਡੇ ਤੋਂ ਬਣਵਾਇਆ? ਉਹ ਸ਼ੁੱਕਰਵਾਰ ਨੂੰ ਆਉਣਗੇ ਜੀ, ਸ਼ੁੱਕਰਵਾਰ ਨੂੰ ਟਾਈਮ ਦੇਣਗੇ, ਬਸ ਹੋ ਸਕਦਾ ਲੈ ਜਾਣਗੇ ਆਪਣੇ ਬੰਦੇ ਤਿਆਰ ਹੈ। ਮਤਲਬ ਹੁਣ ਜਿਹੜਾ ਇਹਨੂੰ ਰੰਗ ਕਰਨਾ ਹੈ, ਹਾਂਜੀ, ਸਪੈਲਟ ਪਾਲਸ, ਹਾਂਜੀ, ਇਹ ਜੈ ਸਿੰਘ ਜਾ ਕੇ ਹੋਊਗਾ ਉੱਥੇ ਘਰੇ, ਉਹਨਾਂ ਦਾ ਘਰ ਹੈ ਉੱਥੇ। ਮਤਲਬ ਹਜੇ ਪੂਰਾ ਤਿਆਰ ਨਹੀਂ? ਤਿਆਰ ਹੋ ਗਿਆ, ਰੰਗ ਰਹਿ ਗਿਆ। ਰੰਗ ਰਹਿ ਗਿਆ। ਹਾਂ, ਠੀਕ ਹੈ। ਮੇਰੇ ਵੱਲੋਂ ਤਿਆਰ ਹੋ ਗਿਆ ਜੀ ਇਹ। ਠੀਕ ਹੈ ਜੀ। ਹਾਂ, ਸਮਾਂ ਇਹ 11 ਮਹੀਨੇ ਲੱਗ ਗਿਆ। ਠੀਕ ਹੈ ਜੀ। ਬਹੁਤ ਵਧੀਆ ਬਣਿਆ ਰਾਤ। ਵੈਸੇ ਅੱਜ ਕੱਲ੍ਹ ਤਾਂ ਦੇਖਣ ਨੂੰ ਘੱਟ ਮਿਲਦੀਆਂ ਬਹਿ ਕੇ ਨੇੜੇ ਕਰਕੇ ਨੀਵਾਂ ਕਰਕੇ। ਹਾਂਜੀ, ਆਹ ਚੀਜ਼ਾਂ। ਬਾਪੂ ਜੀ ਨੇ ਸਾਰਾ ਕੁਝ ਸਾਨੂੰ ਦੱਸਤਾ ਸੀ ਵੀ ਇਹਦੇ ਵਿੱਚ ਕੀ ਕੀ ਚੀਜ਼ਾਂ ਇਸਤੇਮਾਲ ਹੋਈਆਂ, ਅਤੇ ਹੁਣ ਤੁਹਾਨੂੰ ਅਸੀਂ ਜਿਹੜੀਆਂ ਹੋਰ ਚੀਜ਼ਾਂ ਬਣਾਈਆਂ ਉਹ ਵੀ ਦਿਖਾਵਾਂਗੇ, ਅਤੇ ਉਹ ਆਪਾਂ ਨੂੰ ਦਿਖਾਊਗਾ ਉਹਨਾਂ ਦਾ ਪੋਤਾ ਜੋ ਕਿ ਜਗਬੀਰ ਸਿੰਘ ਸਾਡੇ ਨਾਲ ਹੈ। ਦੱਸੀ ਬਈ ਹੁਣ ਕੁਝ ਆਪਦੇ ਬਾਰੇ। ਪਹਿਲਾਂ ਤਾਂ ਸਾਰੇ ਵੱਖਰਾ ਗਰੁੱਪ ਚੈਨਲ ਦੇਖ ਰਹੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਇਹਦੇ ਤੋਂ ਬਾਅਦ ਜਿਹੜੇ ਛੋਟੇ ਮਾਡਲ ਬਣਾਏ ਹੋਏ ਨੇ, ਸਭ ਤੋਂ ਪਹਿਲਾਂ ਉਹ ਤਿਆਰ ਕੀਤੇ ਸੀਗੇ। ਉਦੋਂ ਵੀ ਉਹਨਾਂ ਨੂੰ ਅਸੀਂ ਮਤਲਬ ਟੂਰਨਾਮੈਂਟ ਵਗੈਰਾ 'ਤੇ ਲਿਜਾਂਦੇ ਰਹਿੰਦੇ ਸੀਗੇ, ਤਾਂ ਉੱਥੋਂ ਹੀ ਬਈ ਮਤਲਬ 10-15 ਦੀ ਮਤਲਬ ਉਤਸ਼ਾਹ ਵੱਧਦਾ ਗਿਆ ਲੋਕਾਂ ਦਾ, ਉਹ ਦੇਖਣ ਲੱਗ ਗਏ, ਫਿਰ ਹੌਲੀ ਹੌਲੀ ਬਣਵਾਉਣ ਵੀ ਲੱਗ ਗਏ, ਤਾਂ ਜੋ ਤੁਹਾਨੂੰ ਮੈਂ ਉਹਨਾਂ ਦਾ ਦ੍ਰਿਸ਼ ਦਿਖਾਉਣਾ। ਫਿਰ ਬੜੇ ਲੋਕ ਉਤਸ਼ਾਹ ਹੁੰਦੇ ਸੀ, ਤਾਂ ਉੱਥੋਂ ਨਾਮ ਵੀ ਮਿਲੇ ਆ ਬਾਪੂ ਜੀ ਨੂੰ ਕਈ। ਜਿੱਦਾਂ ਕਿ ਬਠਿੰਡੇ ਹੁੰਦੀ ਸੀਗੀ ਆਪਣਾ ਲੱਗਦਾ ਹੁੰਦਾ, ਮੇਲਾ ਲੱਗਦਾ ਹੁੰਦਾ, ਉੱਥੇ ਲੈ ਕੇ ਜਾਂਦੇ ਹਾਂ। ਹੋਰ ਕਈ ਸਕੂਲ 'ਚ ਆਪਣੇ ਇੱਥੇ ਪਿੰਡ ਵਾਲੇ ਸਕੂਲ 'ਚ ਲੈ ਕੇ ਗਏ ਹਾਂ, ਹੋਰ ਕਈ ਥਾਵਾਂ 'ਤੇ ਤੋੜਦੇ ਨੇ। ਇਹ ਜਿਹੜਾ ਹੈਗਾ ਇਹ ਗੱਟਾ ਗਾ ਬਈ, ਇਹ ਪਹਿਲਾਂ ਤਿਆਰ ਕੀਤਾ ਹੁੰਦਾ। ਇੱਥੇ ਮਤਲਬ ਆਪਣਾ ਘਰੇਲੂ ਆਮ ਘਰਾਂ ਵਿੱਚ ਪਹਿਲਾਂ ਵਰਤਦੇ ਹੁੰਦੇ, 2 ਬਲਦ ਲੱਗਦੇ ਹੁੰਦੇ ਸੀਗੇ ਇਹਨੂੰ। ਜਿਹੜਾ ਪਹਿਲਾਂ ਜਿਹੜਾ ਵੱਡਾ ਤਿਆਰ ਕੀਤਾ ਹੋਇਆ ਉਹ ਰਾਥਾ, ਇਹ ਗੱਟਾ ਗਾ। ਅੱਛਾ, ਠੀਕ ਹੈ। ਅਤੇ ਇਹ ਜਿਹੜਾ ਨਾਲ ਖੜਾ ਇਹ ਰੇੜਾ ਗਾ। ਠੀਕ। ਇਹ ਗੱਡੇ ਅਤੇ ਰੇੜੇ 'ਚ ਕੀ ਫਰਕ ਹੁੰਦਾ ਸੀਗਾ? ਇਹਦਾ ਜਿਹੜਾ ਬੈੱਡ ਹੁੰਦਾ ਸੀ ਸਾਰਾ ਲੋਹੇ ਦਾ ਹੁੰਦਾ ਸੀਗਾ, ਉਹਦਾ ਲੱਕੜ ਦੇ ਲੋਹੇ ਦਾ ਹੁੰਦਾ ਸੀਗਾ, ਇਹਦਾ ਸਾਰਾ ਬੈੱਡ ਲੋਹੇ ਦਾ ਹੁੰਦਾ ਸੀ। ਇਹਦੇ ਜਿਹੜੇ ਟਾਇਰ ਹੁੰਦੇ ਸੀ ਰੌੜ ਦੇ ਹੁੰਦੇ ਸੀਗੇ, ਜਿਹਦੇ ਆਪਾਂ ਪਹਿਲਾਂ ਜਿਹਨੂੰ ਕਹਿ ਦਿੰਦੇ ਸੀ ਵੀ ਜਹਾਜ਼ਾਂ ਟਾਇਰਾਂ ਵਾਲੇ ਆ ਗਏ ਹੁੰਦੇ ਆ, ਤਾਂ ਪ੍ਰਵਾਸੀ ਜਿਹੜੇ ਹੁੰਦੇ ਆ, ਇਹਦੇ ਮਤਲਬ ਉਹਦੇ ਟਾਇਰ ਹੁੰਦੇ ਸੀਗੇ, ਇਹਦੇ ਨਾਲ 2 ਬਲਦ ਲੱਗਦੇ ਹੁੰਦੇ ਸੀਗੇ, ਇਹਨਾਂ ਨਾਲ ਡਹੀਆਂ ਭੰਡਾਰੀ ਸਾਰਾ ਕੁਝ ਹੁੰਦਾ ਸੀਗਾ। ਜਿਹੜਾ ਭੰਡਾਰੀ ਹੁੰਦੀ ਸੀ, ਭੰਡਾਰੀ ਵਿੱਚ ਕੀ ਹੁੰਦਾ ਸੀਗਾ ਵੀ ਜਦੋਂ ਪਹਿਲਾਂ ਕੀ ਹੁੰਦੀ ਨਾ ਵੀ ਮਤਲਬ ਲੁੱਟ ਖੋਹ ਵਾਲੀ ਹੁੰਦੀ ਸੀ, ਤਾਂ ਭੰਡਾਰੀ ਗੱਡੇ ਦੇ ਇਹੋ ਜਿਹੇ ਥਾਂ 'ਤੇ ਲੱਗੀ ਹੁੰਦੀ ਸੀ ਵੀ ਪਤਾ ਨਹੀਂ ਹੁੰਦਾ ਸੀਗਾ, ਲੇਕਿਨ ਉਹਦੇ ਵਿੱਚ ਮਤਲਬ ਗਹਿਣੇ ਵਗੈਰਾ ਰੱਖਦੇ ਸੀ ਸਾਰੇ। ਆਹ ਜਿਹੜਾ ਰਾਸਾ ਜਿਹੜਾ ਤੁਸੀਂ ਪਹਿਲਾਂ ਦੇਖਿਆ ਵੱਡਾ, ਇਹ ਹੂ ਹੂ ਉਹਦੀ ਛੋਟੀ ਨਕਲ ਆ ਇਹਦੀ, ਇਹ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਇੱਕ ਸੈਂਪਲ ਆ ਇਹ।
ਤੇ ਇਹ ਵੀ ਮਤਲਬ ਪੂਰਾ ਉਹਦੇ ਵਾਂਗੂ ਡੁਪਲੀਕੇਟ ਹੀ ਆ ਪੂਰਾ ਉਹਦਾ ਇੱਕ ਛੋਟਾ ਨਮੂਨਾ ਆਪਾਂ ਕਹਿੰਦੇ ਮਾਡਲ ਹੈ ਉਹ ਉੱਤੇ ਸੁਹਾਗਾ ਪਿਆ ਪਹਿਲਾਂ ਆਪਣਾ ਉੱਠ ਹੁੰਦਾ ਸੀ ਜਿਹੜਾ ਉੱਠ ਦੇ ਨਾਲ ਉਹ ਸੁਹਾਗਾ ਜੁੜਦਾ ਹੁੰਦਾ ਸੀਗਾ ਆਹ ਆਪਣਾ ਪੰਜਾਲੀ ਪਈ ਆ ਹਲ ਪੰਜਾਲੀ ਹੁੰਦੀ ਸੀ ਛੋਟੀ ਤੇ ਆਹ ਤਾਂਗਾ ਵਾ ਇਹਦੇ ਮਤਲਬ ਇਹਦੇ ਤਾਂਗਾ ਸੀਗਾ ਇਹਦੇ ਨਾਲ ਘੋੜੇ ਲੱਗਦੇ ਹੁੰਦੇ ਸੀਗੇ ਇਹਨਾਂ ਦੇ ਵੱਧ ਲੱਗਦੇ ਹੁੰਦੇ ਸੀ ਇਹਨਾਂ ਦੇ ਘੋੜੇ ਲੱਗਦੇ ਹੁੰਦੇ ਸੀਗੇ ਤਾਂਗਿਆਂ ਦੇ ਹੋਰ ਬਾਕੀ ਜਿਵੇਂ ਆਹ ਆਪਣਾ ਚਾਖਾ ਹੋ ਗਿਆ ਛੋਟਾ ਇਹ ਬਹੁਤ ਲਿਆਉਂਦੇ ਆ ਆਪਣੇ ਘਰਾਂ 'ਚ ਰੱਖਣ ਵਾਸਤੇ ਬਾਕੀ ਜਿਵੇਂ ਮੋਰ ਹੋ ਗਿਆ ਛੋਟੀਆਂ ਮੋਟੀਆਂ ਆਈਟਮਾਂ ਹੋਰ ਹੈ ਤੇ ਇਹ ਬਾਈ ਮਤਲਬ ਸੇਲਿੰਗ ਲਈ ਹੈ ਕਿ ਨਹੀਂ ਸੇਲਿੰਗ ਹਾਂ ਬਾਈ ਲੈ ਕੇ ਜਾਂਦੇ ਸੇਲਿੰਗ ਲਈ ਲੈ ਕੇ ਜਾਂਦੇ ਆ ਕਈ ਜਿਵੇਂ ਆਪਣਾ ਰੱਖਣੇ ਹੁੰਦੇ ਆ ਜਿਵੇਂ ਕਈ ਵਾਰ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਕਈ ਆਰਮੀ ਇੱਕ ਦੋ ਵਾਰ ਆਰਮੀ ਵਾਲੇ ਵੀ ਲੈ ਕੇ ਗਏ ਆ ਜਿੱਦਾਂ ਆਪਾਂ ਕਹਿ ਦਿੰਦੇ ਵੀ ਆਰਮੀ ਆ ਮਤਲਬ ਪੈਗ ਸ਼ੈਗ ਲਾਉਂਦੇ ਬੰਦੇ ਉਹ ਕਹਿੰਦੇ ਵੀ ਦੋ ਗੱਡੇ ਵਾਲੇ ਪੈਗ ਪਾ ਲਾ ਉਹ ਮਤਲਬ ਬੋਤਲਾਂ ਰੱਖ ਦਿੰਦੇ ਆ ਵਜੇ ਚਿਣ ਕੇ ਵੀ ਪਾ ਦੋ ਗੱਡੇ ਵਾਲੇ ਪੈਗ ਏਦਾਂ ਹੁੰਦਾ ਮਤਲਬ ਚੀਜ਼ਾਂ ਹਾਂ ਜੀ ਹੁਣ ਅਸੀਂ ਬਾਈ ਦੇ ਕਮਰੇ 'ਚ ਪਹੁੰਚ ਚੁੱਕੇ ਹਾਂ ਅਤੇ ਬਹੁਤ ਹੀ ਵਧੀਆ ਕਲਾਕਾਰੀ ਕੀਤੀ ਹੋਈ ਆ ਬਹੁਤ ਸੋਹਣਾ ਲੱਗ ਰਿਹਾ ਕਮਰਾ ਤੁਹਾਡਾ ਵੀ ਇਹ ਚੀਜ਼ਾਂ ਤੁਸੀਂ ਆਪ ਬਣਾਈਆਂ ਸਾਰਾ ਹਥਿਆਰ ਹੋ ਗਏ ਮਤਲਬ ਤੁੰਬੀ ਹੋ ਗਈ ਹਾਂਜੀ ਸਾਰੀ ਆਪ ਹੀ ਤਿਆਰ ਕਰੀ ਹੋਈ ਹੈ ਜੀ ਅਤੇ ਇਹਦੇ ਵਿੱਚ ਕੀ ਆ ਵੀ ਕੋਈ ਐਂ ਮਤਲਬ ਵੱਖ ਮਟੀਰੀਅਲ ਨਹੀਂ ਲੈ ਕੇ ਆਇਆ ਜਿਹੜਾ ਸਹੀ ਸਾਰਾ ਕੁਛ ਘਰੋਂ ਮਤਲਬ ਲੈ ਆਉਂਦਾ ਸੀਗਾ ਮਟੀਰੀਅਲ ਬਾਕੀ ਵੇਸਟ ਮਟੀਰੀਅਲ ਹੁੰਦਾ ਜਿਹੜਾ ਸਾਰਾ ਉਹ ਯੂਜ਼ ਕੀਤਾ ਮੈਂ ਅੱਛਾ ਜੀ ਤੁਹਾਨੂੰ ਮਤਲਬ ਸਟਾਰਟਿੰਗ ਦਾ ਸ਼ੁਰੂ ਕਰੀ ਦਿੰਦਾਗੇ ਇੱਥੋਂ ਆਪਾਂ ਰੇਟ ਵਾਲੇ ਉਹ ਪੁਰਾਣਾ ਇਹ ਮਤਲਬ ਨਾ ਪਹਿਲਾਂ ਆਪਣਾ ਬੁੜੀਆਂ ਦੇ ਸ਼ਿੰਗਾਰ ਵਾਲਾ ਡੱਬਾ ਸੀ ਜਿਹੜਾ ਪਹਿਲਾਂ ਹੁੰਦਾ ਸੀਗਾ ਇਹ ਉਹ ਹੈ ਉਹਨੂੰ ਮਤਲਬ ਚੇਂਜ ਉਹ ਮਤਲਬ ਪਿਆ ਸੀਗਾ ਸਿੱਟਿਆ ਕਿਸੇ ਦੇ ਘਰ ਤਾਂ ਮੈਂ ਚੱਕ ਲਿਆ ਸੀਗਾ ਉਦੋਂ ਸਾਰਾ ਕੱਟ ਕੇ ਮੋੜੀ ਮੋਈ ਕਰਕੇ ਇਹਨੂੰ ਮਤਲਬ ਕਰੀਏਟਰ ਦੇ ਰੂਪ ਦਿੱਤਾ ਗਿਆ ਮਤਲਬ ਇਹ ਸਾਰਾ ਵੇਸਟ ਮਟੀਰੀਅਲ ਤੋਂ ਬਣਾਇਆ ਵੇਸਟ ਮਟੀਰੀਅਲ ਤੋਂ ਬਣਾਇਆ ਹੋਇਆ ਜਿਹੜਾ ਆਹ ਮਤਲਬ ਸੀਗਾ ਇਹਦਾ ਆਪਣਾ ਇਹ 'ਚ ਮਤਲਬ ਚੱਲਦਾ ਹਾਂਜੀ ਐਮ ਪੀ 3 ਪਲੇਅਰ ਵੀ ਆ ਬਲੂਟੁੱਥ ਵੀ ਇਹ 'ਚ ਸਭ ਕੁਝ ਚੱਲਦਾ ਚਿੱਪ ਵੀ ਲੱਗਦੀ ਆ ਪੈਨ ਡਰਾਈਵ ਵੀ ਲੱਗਦੀ ਆ ਮਤਲਬ ਪੁਰਾਣੀ ਚੀਜ਼ ਨੂੰ ਮਾਡਰਨ ਦੇ ਵਿੱਚ ਕਨਵਰਟ ਕਰਦਾ ਬਾਕੀ ਜਿਹੜੇ ਸਾਰੇ ਓਰੀਜਨਲ ਹੁੰਦੇ ਸੀਗੇ ਜਿੱਦਾਂ ਕਿ ਬਟਨ ਵਗੈਰਾ ਲਗਾਏ ਹੋਏ ਆ ਪੁਰਾਣੇ ਨੰਬਰ ਪਲੇਟ ਹੁੰਦੇ ਸੀ ਜਿੱਦਾਂ ਇਹਨਾਂ ਦੇ ਨੰਬਰ ਹੁੰਦੇ ਸੀ ਚੈਨਲ ਵਗੈਰਾ ਦੇ ਨਾਮ ਹੁੰਦੇ ਸੀ ਬਟਨ ਹੁੰਦਾ ਸੀਗਾ ਇੱਕ ਵੋਲਿਊਮ ਵਾਲਾ ਹੁੰਦਾ ਸੀਗਾ ਇੱਕ ਚੈਨਲ ਵਗੈਰਾ ਵਾਲੇ ਹੁੰਦੇ ਸੀਗੇ ਬਾਕੀ ਸ਼ਾਇਨਿੰਗ ਵਗੈਰਾ ਉੱਤੇ ਕਲਰ ਆਪ ਕੀਤਾ ਹੋਇਆ ਸਾਰਾ ਕੁਛ ਬਾਕੀ ਇੱਥੇ ਸਪੀਕਰ ਹੁੰਦੇ ਸੀ ਇਹਨਾਂ ਦੇ ਉਹ ਤੋਂ ਬਾਅਦ ਤੋਪ ਬਣਾਈ ਹੋਈ ਆ ਪਹਿਲਾਂ ਹੁੰਦੀਆਂ ਸੀ ਜਿਹੜੀਆਂ ਤੋਪਾਂ ਉਹਦੇ ਇੱਕ ਨਕਲ ਬਣਾਈ ਹੋਈ ਆ ਮਤਲਬ ਇੱਕ ਤਾਂ ਨੋਰਮਲ ਤੋਪ ਹੁੰਦੀ ਹੈ ਇੱਕ ਮਤਲਬ ਇੱਕ ਸ਼ਾਹੀ ਤੋਪ ਹੁੰਦੀ ਆ ਜਿਹੜੀ ਮਤਲਬ ਖਾਸ ਰੱਖਦੇ ਹੁੰਦੇ ਆ ਇਹ ਉੱਦਾਂ ਦੀ ਤੋਪ ਬਣਾਈ ਹੋਈ ਆ ਉਦੋਂ ਜਿੱਦਾਂ ਕਿ ਪੁਰਾਣਾ ਪਹਿਲਾਂ ਆਪਣੇ ਟੈਲੀਫੋਨ ਹੋਏ ਸੀਗੇ ਪਹਿਲਾਂ ਹਾਂਜੀ ਉਹ ਬਣਾਏ ਹੋਏ ਉਹਨਾਂ ਦੀ ਬੂ ਬੂ ਨਕਲਾਂ ਤੇ ਆਏ ਬੱਬੂ ਕਾਰਡ ਬਣਾਇਆ ਹੋਇਆ ਜਿੱਦਾਂ ਤਾਂ ਕਿ ਆਪਣੀ ਮੇਰੇ ਤੋਂ ਫਿਲਮ ਆਈ ਸੀ ਬੱਬੂ ਕਾਰਡ ਵੀ ਉਹ ਨਕਲ ਬਣਾਈ ਗਈ ਆ ਉਦਾਂ ਹੀ ਕਮਾਣੀ ਦਾ ਚੱਕਾ ਕੀਤਾ ਹੋਇਆ ਇਹ ਵੀ ਸਾਰਾ ਮਤਲਬ ਬੇਸ ਮਟੀਰੀਅਲ ਹੋ ਗਿਆ ਹਾਂਜੀ ਇਹਦੇ ਵਿੱਚ ਬਸ ਮਤਲਬ ਖਰਚਾ ਕਲਾ ਪੀਵੀਸੀ ਦਾ ਹੋਇਆ ਬਾਕੀ ਜਿਵੇਂ ਟਾਇਰ ਹੋ ਗਿਆ ਅਲੱਕੜ ਦੀਆਂ ਫੇਕੀਆਂ ਹੋ ਗਈਆਂ ਬਾਕੀ ਆ ਜਾਲੀ ਲਾਈ ਹੋਈ ਹੈ ਬਾਕੀ ਇੱਥੇ ਨੈਟਰ ਬਣਾਇਆ ਹੋਇਆ ਸਾਰਾ ਸਾਫ਼ ਬਣਾਇਆ ਹੋਇਆ ਦਰਾਲੀ ਹੈ ਇਹਦਾ ਮਤਲਬ ਆਹ ਜਿਹੜੀ ਸਿਰਫ ਆਹ ਲੱਕੜ ਲਾਈ ਹੋਈ ਹੈ ਟਾਹਲੀ ਲੱਕੜ ਆਪਣੇ ਆਹ ਟਾਹਲੀ ਦੀ ਆ ਬਾਕੀ ਉਹ ਪੀ ਵੀ ਸੀ ਪਾਈਪ ਲਾਈ ਹੋਈ ਆ ਹਾਂਜੀ ਹਾਂ ਉਹ ਪੀ ਵੀ ਸੀ ਪਾਈਪ ਆ ਬਾਕੀ ਆ ਮਤਲਬ ਘੋੜੇ ਵਗੈਰਾ ਹੋ ਗਏ ਜਿਹੜੇ ਸਾਰੇ ਆਪ ਤਿਆਰ ਕੀਤੇ ਹੋਏ ਆ ਜਿੱਦਾਂ ਕਿ ਆਹ ਦੀ ਆਹ ਦਨਾਲੀ ਹੋ ਗਈ ਆਹ ਸਿਮਲੀ ਹੋ ਗਈ ਆਹ ਫਲਿੰਟ ਲੋਕ ਹੋ ਗਈ ਉਹ ਆਪਣਾ ਜਿਵੇਂ ਦੇਸੀ ਕੱਟਾ ਹੁੰਦਾ ਉਹਦਾ ਵਾ ਆਹ ਵੀ ਕੱਟੇ ਆ ਆਹ ਆਪਣੇ ਫਲਿੰਟ ਲੋਕਾਂ ਨਾਲ ਹੋ ਗਈ ਇੱਦਾਂ ਬਣਾਏ ਹੋਏ ਸਾਰੇ ਬਾਕੀ ਇੱਦਾਂ ਹੀ ਤੁੰਬਾ ਹੁੰਦਾ ਸੀਗਾ ਪਹਿਲਾਂ ਹਾਂਜੀ ਤੁੰਬੇ ਚਲਾਉਂਦੇ ਆ ਸਭ ਨੌਤਾ ਵਗੈਰਾ ਇਹ ਵੀ ਮਤਲਬ ਇਹਦਾ ਮਤਲਬ ਵਧੀਆ ਇੱਕ ਸ਼ਾਹੀ ਜੀ ਚੀਜ਼ ਤਿਆਰ ਕਰਕੇ ਰੱਖੀ ਹੋਈ ਹੈ ਬਾਕੀ ਨਾਲ ਤੁੰਬੀ ਹੋ ਗਈ ਉਹ ਤਾਂ ਸਵਾਰਡ ਬਣਾਈ ਗਈ ਆ ਉਹ ਕਿ ਜਿਵੇਂ ਕਿਰਪਾਨ ਮਤਲਬ ਇਹ ਸਵਾਰਡ ਕਿਸ ਚੀਜ਼ ਦੀ ਬਣੀ ਇਹ ਸਵਾਰਡ ਮਤਲਬ ਇਹਨੂੰ ਮਤਲਬ ਕਿਰਪਾਨ ਨਹੀਂ ਕਹਿ ਰਹੇ ਇੱਕ ਮਤਲਬ ਆਪਾਂ ਖੰਡਾ ਨਹੀਂ ਹੁੰਦਾ ਖੰਡਾ ਹਾਂਜੀ ਹਾਂਜੀ ਇਹ ਖੰਡੇ ਦਾ ਰੂਪ ਦਿੱਤਾ ਹੋਇਆ ਹੈ ਰਾਜੇ ਮਹਾਰਾਜੇ ਰੱਖਦੇ ਸੀ ਇਹਦੇ ਹੱਥਾਂ ਵਗੈਰਾ ਦੇ ਬਹੁਤ ਮੀਨਾ ਕਰਕੇ ਗਈ ਇਹ ਚੀਜ਼ ਤੁਹਾਨੂੰ ਮੈਂ ਦਿਖਾਵਾਂ ਬਾਕੀ ਆ ਵਿਸ਼ਾਲ ਜਿਹੜਾ ਬਣਾ ਇਹ ਸਾਰਾ ਵੇਸਟ ਮਟੀਰੀਅਲ ਬਣਾਇਆ ਹੋਇਆ ਟਾਇਰ ਜਿਹੜਾ ਸਮੈਕਾ ਲੱਗਿਆ ਹੋਇਆ ਕੋਕੇ ਵਗੈਰਾ ਕੱਲਾ ਕੋਕੇ ਵਗੈਰੇ ਲਏ ਹੋਏ ਨਾ ਬਾਕੀ ਸਾਰਾ ਕੁਝ ਵੇਸਟ ਮਟੀਰੀਅਲ ਦਾ ਬਣਾਇਆ ਹੋਇਆ
मैं तुहानू स्पैशल चीज कही सी वो देखने तुम बाद हूँ वेला अलविदा कहण का। जेकर तुहानू साडी वीडियो वधिया लगी तो चैनल सबसक्राइब लाइक तो शेयर करो तो कमेंट करना ना भुल्यो। जो भी तुहाडा बेस्ट पार्ट से तुहानू जरूर दस्सो भी की तुसीं देखिया ते बाकी आ भाई तुहानू दस्सणगे। बाकी जे तुसीं कोई चीज़ तैयार करवाउणी आ जां तुहानू कोई चीज़ वधिया लगी उहदे बारे कोई जानकारी लैणी आ तां डिस्क्रिप्शन च भाई नंबर लिख दूंगा। बाकी सारा कुछ लिख दांगे मतलब किवें हैगा किवें कुछ तुसीं आ जा सकदे हो एड्रैस वगैरह सारा उहनां तों पता लग जाऊ चैनल। हाँ जी बापू जी तो सारा कुछ पूछ लिया की चीजा इस्तेमाल होगा जो दूजी चीजा ने बनाया बारे जाके देखा तो अपनी चीजा दिखाऊगा उन्होंने पोता जगवीर सिंह आ जा भाई चल के फिर हाँ जी जिम्मे थानू तो सारा कुछ दिखाया हूँ बापू जी ने रल के कटे कट लो। आप बहुत वादिया कमरा बनाया।